ਮੇਰੀ ਜਿਹੜੀ ਬੇਨਤੀ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਆ ਜੀ ਕਿ ਤੁਸੀਂ ਭਰਾਵੋ ਸਾਰੇ ਮੇਰੀ ਆਵਾਜ਼ ਉੱਥੇ ਤੱਕ ਪਹੁੰਚਾਇਓ। ਸਰਦਾਰ ਨਵਜੋਤ ਸਿੰਘ ਸਿੱਧੂ ਜੀ ਤੁਸੀਂ ਪ੍ਰਧਾਨ ਬਣੇ ਹੋ, ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ। ਪਰ ਮੇਰੇ ਵਰਗੇ ਕਾਂਗਰਸੀਆਂ ਦੀ ਬਾਂਹ ਵੀ ਫੜਿਓ, ਮੇਰੇ ਵਰਗੇ ਕਾਂਗਰਸੀਆਂ ਦੀ ਨਹੀਂ, ਚਲੋ ਮੈਂ ਤਾਂ ਬੀਤ ਗਿਆ ਹੁਣ, ਮੇਰਾ ਸਮਾਂ ਤਾਂ ਬੀਤ ਗਿਆ ਜੀ, ਮੇਰੇ ਪਰਿਵਾਰ ਦੀ ਬਾਂਹ ਜ਼ਰੂਰ ਫੜਿਓ ਪ੍ਰਧਾਨ ਜੀ। ਬੜੇ ਦੁੱਖ ਨਾਲ ਬੜੀ ਜ਼ਮੀਰ ਜੀ ਮਾਰ ਕੇ ਇਹ ਕੰਮ ਹੁੰਦੇ ਨੇ ਜਿਹੜਾ ਮੈਂ ਕਰਨ ਲੱਗਿਆ। ਗਰੀਬ ਪਰਿਵਾਰ ਦੇ ਵਿੱਚੋਂ ਸੀਗਾ ਪ੍ਰਧਾਨ ਜੀ ਮੈਂ, ਜਦੋਂ ਪੰਜਾਬ ਆਉਣ ਤੋਂ ਆ ਕੇ ਵੀ ਮੈਂ ਆਪਦੇ ਪਰਿਵਾਰ ਨੂੰ ਆਟਾ ਦਾਲ ਨਹੀਂ ਲਵਾ ਸਕਿਆ ਜੀ, ਅਤੇ ਉਹਨਾਂ 'ਚੋਂ ਮੇਰੇ 'ਤੇ ਇੰਨੇ ਨਜਾਇਜ਼ ਪਰਚੇ ਹੋਏ ਜੀ, ਮੇਰਾ ਲੱਕ ਤੋੜ ਕੇ ਰੱਖਤਾ, ਪਰ ਮੈਂ ਪਾਰਟੀ ਦੀ ਬਾਂਹ ਨਹੀਂ ਛੱਡੀ ਜੀ। ਜਦੋਂ ਮੇਰਾ ਲੱਕ ਟੁੱਟ ਗਿਆ, ਪਾਰਟੀ ਨੇ ਕੁਛ ਵੀ ਨਹੀਂ ਕੀਤਾ ਮੇਰੇ ਪਰਚੇ ਦਾ ਕਿਸੇ ਦਾ। ਅਗਲੇ ਜਨਮ ਦੇ ਵਿੱਚ ਵੀ ਪਰਮਾਤਮਾ ਇਹਨੂੰ ਕਾਂਗਰਸੀ ਹੀ ਬਣਾ ਬਈ, ਮੈਂ ਕਾਂਗਰਸ 'ਚ ਹੀ ਰਹਿ ਕੇ ਚੱਲਿਆ, ਛੱਡੀ ਨਹੀਂ ਮੈਂ, ਅਤੇ ਮੈਂ ਅੱਗੇ ਵੀ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਮੈਨੂੰ ਕਾਂਗਰਸ ਹੀ ਬਣਾਈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦੇ ਚਰਨਾਂ 'ਚ ਫਤਿਹ ਮੈਂ ਬੁਲਾ ਚੁੱਕਿਆ ਭਰਾਵੋ ਸਾਹਿਬ ਨੂੰ। ਮੇਰੀ ਜਿਹੜੀ ਬੇਨਤੀ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਆ ਜੀ ਕਿ ਤੁਸੀਂ ਭਰਾਵੋ ਸਾਰੇ ਮੇਰੀ ਆਵਾਜ਼ ਉੱਥੇ ਤੱਕ ਪਹੁੰਚਾਇਓ। ਸਰਦਾਰ ਨਵਜੋਤ ਸਿੰਘ ਸਿੱਧੂ ਜੀ ਤੁਸੀਂ ਪ੍ਰਧਾਨ ਬਣੇ ਹੋ, ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ। ਪਰ ਮੇਰੇ ਵਰਗੇ ਕਾਂਗਰਸੀਆਂ ਦੀ ਬਾਂਹ ਵੀ ਫੜਿਓ, ਮੇਰੇ ਵਰਗੇ ਕਾਂਗਰਸੀਆਂ ਦੀ ਨਹੀਂ, ਚਲੋ ਮੈਂ ਤਾਂ ਬੀਤ ਗਿਆ ਹੁਣ, ਮੇਰਾ ਸਮਾਂ ਤਾਂ ਬੀਤ ਗਿਆ ਜੀ, ਮੇਰੇ ਪਰਿਵਾਰ ਦੀ ਬਾਂਹ ਜ਼ਰੂਰ ਫੜਿਓ ਪ੍ਰਧਾਨ ਜੀ। ਬੜੇ ਦੁੱਖ ਨਾਲ ਬੜੀ ਜ਼ਮੀਰ ਜੀ ਮਾਰ ਕੇ ਇਹ ਕੰਮ ਹੁੰਦੇ ਨੇ ਜਿਹੜਾ ਮੈਂ ਕਰਨ ਲੱਗਿਆ, ਪਰ ਚਲੋ ਪਰਮਾਤਮਾ ਨੂੰ ਜੋ ਮਨਜ਼ੂਰ ਹੈ ਜੀ ਉਹ ਸਭ ਹੋ ਜਾਂਦਾ। ਪ੍ਰਧਾਨ ਜੀ ਮੈਂ ਕਾਂਗਰਸ ਪਾਰਟੀ ਦੇ ਲਈ ਉਹ ਸਮੇਂ ਤੋਂ ਤੁਰਿਆ ਹੋਇਆ, ਤੁਸੀਂ ਇਹ ਦੇਖੋ ਵੀ ਜਦੋਂ ਸਰਦਾਰ ਮਕੀਤ ਸਿੰਘ ਦਾਖਾ ਜੀ ਉਹਨਾਂ ਨੂੰ ਦਾਖਾ ਤੋਂ ਟਿਕਟ ਮਿਲੀ ਸੀ, ਅਤੇ ਮੈਂ ਪਵਨ ਸਡਾਨਾ ਜੀ ਹੁੰਦੇ ਸੀ ਦਾਖੇ ਦੇ ਪ੍ਰਧਾਨ ਸ਼ਹਿਰੀ ਕਾਂਗਰਸ ਦੇ ਦਾਖੇ ਦੇ, ਅਤੇ ਜਦੋਂ ਮੈਂ ਇਹਨਾਂ ਦੇ ਨਾਲ ਤੁਰਿਆ ਡਰ ਇੰਨਾ ਸੀ, ਖਾੜਕੂ ਵੱਲ ਇੰਨਾ ਸੀ, ਅੱਤਵਾਦ ਐਡਾ ਸੀ, ਡਰ ਇੰਨਾ ਹੁੰਦਾ ਸੀ ਵੀ ਕੋਈ ਪੋਸਟਰ ਲਾਉਣ ਤੱਕ ਨਹੀਂ ਜਾਂਦਾ ਹੁੰਦਾ ਸੀ ਦਾਖਾ ਸਾਹਿਬ ਦੇ ਪਿੰਡਾਂ ਦੇ ਵਿੱਚ, ਅਤੇ ਮੈਂ ਉਹ ਬੰਦਾ ਸੀ ਜਿਹਨੂੰ ਪਵਨ ਸਡਾਨੇ ਹੁਣੀ ਰਾਤ ਨੂੰ ਭੇਜ ਦਿੰਦੇ ਸੀ ਟੈਂਪੂ ਦੇ ਕੇ ਵੀ ਜਾ ਲਾ ਕੇ ਆ, ਅਤੇ ਉਹ ਮੈਂ ਰਾਤ ਨੂੰ ਸਾਰੇ ਏਰੀਏ ਦੇ ਵਿੱਚ ਵੇਟ ਏਰੀਏ ਦੇ ਵਿੱਚ ਬਾਸੀਆਂ ਵੇਟ ਖੰਜਰ ਵਾਲਾ ਆਹ ਜਿਹੜੇ ਪਿੰਡ ਸਾਡੇ ਦਾਕੇ ਹਲਕੇ ਦੇ ਹੈ ਜਿਨ੍ਹਾਂ ਦੇ ਬਹੁਤ ਲੋਕ ਵਾਕਫ ਨਹੀਂ ਹੁੰਦੇ ਸੀ, ਮਤਲਬ ਅਸੀਂ ਇੱਧਰ ਜਾਂਗਪੁਰ ਵਾਲੇ ਪਾਸੇ ਛੋਟੇ ਜਿਹੇ ਨਹੀਂ ਸੀ ਜਾ ਸਕਦੇ ਹੁੰਦੇ, ਪਰ ਕਈ ਪਿੰਡ ਇਹੋ ਜਿਹੇ ਸੀ ਦੂਰ ਤੱਕ ਪੜੈਣ ਪੜੂਣ ਹੋ ਗਿਆ ਆਲੀ ਆਲ ਉੱਲੀ ਆਲ ਕਾਫੀ ਦੂਰ ਤੱਕ, ਪੋਸਟਰ ਮੈਂ ਰਾਤ ਨੂੰ 9:30 ਵਜੇ ਨਿਕਲ ਕੇ ਜਾਨ ਤਲੀ ਦੇ ਧਰ ਕੇ ਵੀ ਪੋਸਟਰ ਵੀ ਲਾ ਕੇ ਆਉਂਦਾ ਰਿਹਾ ਜੀ ਪਾਰਟੀ ਦੇ। ਚਲੋ ਉਸ ਤੋਂ ਬਾਅਦ ਜੀ ਮਤਲਬ ਮੈਂ ਐਡਾ ਕੁ ਪੁਰਾਣਾ ਕਾਰਿਆ ਕਰਤਾ ਤੁਹਾਡੀ ਪਾਰਟੀ ਦਾ, ਫਿਰ ਮੈਂ ਯੂਥ ਕਾਂਗਰਸ ਨਾਲ ਜੁੜ ਗਿਆ ਜੀ, ਸ਼੍ਰੀ ਰਾਹੁਲ ਗਾਂਧੀ ਜੀ ਦੇ ਇਲੈਕਸ਼ਨ ਕਮਿਸ਼ਨ 'ਚ ਆ ਗਿਆ ਜੀ। ਇਲੈਕਸ਼ਨ ਕਮਿਸ਼ਨ ਤੋਂ ਬਾਅਦ ਮੈਂ ਇੰਨੀਆਂ ਸਟੇਟਾਂ ਦੇ ਵਿੱਚ ਕੰਮ ਕੀਤਾ, ਤੁਹਾਨੂੰ ਮੈਂ ਗਿਣਾਉਂਦਾ ਸਾਰੀਆਂ ਜੀ। ਸਭ ਤੋਂ ਪਹਿਲਾਂ ਲੱਗੀ ਜੀ ਹਰਿਆਣੇ ਦੇ ਵਿੱਚ ਸੁਰਜੇਵਾਲ ਸਾਹਿਬ ਦੇ ਏਰੀਏ 'ਚ ਕੰਮ ਕੀਤਾ ਜੀ, ਜਿਹੜੇ ਸੁਰਜੇਵਾਲ ਸਾਹਿਬ ਦੇ PA ਸੀਗੇ ਉਦੋਂ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਸੀ ਜ਼ਿਲ੍ਹੇ ਦੇ, ਅਤੇ ਚਲੋ ਉੱਥੇ ਕੈਂਥਲ ਦੇ ਵਿੱਚ ਸਾਡੀ ਡਿਊਟੀ ਸੀਗੀ ਜੀ, ਦੀਪਕ ਖੰਡੂਰਨੀ ਸਾਰੇ ਅਸੀਂ ਹੋਰ ਕੁਛ ਵੀਰ ਦਰਾਹੀ ਤੋਂ ਸੀਗੇ, ਅਸੀਂ ਰਲ ਮਿਲ ਕੇ ਲੱਗਦੀਆਂ ਹੁੰਦੀਆਂ ਸੀ ਡਿਊਟੀਆਂ। ਲੱਖੇ ਸਾਡਾ ਪ੍ਰਧਾਨ ਸੀਗਾ ਜੀ ਯੂਥ ਕਾਂਗਰਸ ਦਾ, ਉਸ ਤੋਂ ਪਹਿਲਾਂ ਵੀ MP ਸਾਹਿਬ ਜਦੋਂ ਬਿੱਟੂ ਸਾਡੇ ਬਿੱਟੂ ਜੀ ਪ੍ਰਧਾਨ ਬਣੇ ਨੇ, ਮੈਂ ਉਦੋਂ ਵੀ ਜ਼ਿਲ੍ਹੇ ਦਾ ਡੈਲੀਗੇਟ ਸੀਗਾ ਜੀ, ਅਤੇ ਮੈਂ ਉਸ ਟਾਈਮ ਵੀ ਮਤਲਬ ਚਲੋ MP ਸਾਹਿਬ ਨੂੰ ਉਦੋਂ ਰਾਜਾ ਬਣੇ ਜੀ ਅਤੇ ਸਾਡੇ ਬਿੱਟੂ ਸਾਹਿਬ ਜੀ ਖੜ੍ਹੇ ਸੀ, ਮੈਂ ਬਿੱਟੂ ਸਾਹਿਬ ਨੂੰ ਵੋਟ ਪਾਈ ਸਾਡੇ ਡੈਲੀਗੇਟ ਦੀ, ਮੈਂ ਚਲੋ ਉਹ ਅਲੱਗ ਗੱਲ ਹੈ ਵੋਟ ਕਿਸੇ ਨੂੰ ਦੋਨਾਂ 'ਚ ਇੱਕ ਨੂੰ ਪੈਣੀ ਸੀ ਪੈਗੀ, ਉਦੋਂ ਵੀ ਮੈਂ ਜ਼ਿਲ੍ਹੇ ਦਾ ਡੈਲੀਗੇਟ ਸੀਗਾ ਜੀ। ਅਤੇ ਚਲੋ ਅਲੱਗ ਅਲੱਗ ਕਈ ਸਟੇਟਾਂ ਤੁਹਾਨੂੰ ਮੈਂ ਦੱਸਦਾ ਜੀ, ਹਰਿਆਣਾ ਹਿਮਾਚਲ ਰਾਜਸਥਾਨ ਮੱਧ ਪ੍ਰਦੇਸ਼ ਮੈਂ 3 ਵਾਰੀ ਜਾ ਚੁੱਕਿਆ ਜੀ, 2 ਵਾਰੀ ਤਾਂ ਮੈਂ ਯੂਥ ਕਾਂਗਰਸ ਦਾ ਲਈ ਹੋ ਗਿਆ ਅਤੇ 1 ਵਾਰੀ ਮੈਂ ਵੱਡੀ ਕਾਂਗਰਸ ਦਾ ਇਹ ਆਲ ਇੰਡੀਆ ਕਾਂਗਰਸ ਕਮੇਟੀ ਦਾ ਕੋਆਰਡੀਨੇਟਰ ਬਣ ਕੇ ਗਿਆ ਜੀ, ਜਿਹਦੀ ਮੈਂ ਪਰਸੋਂ ਕੱਲ੍ਹ ਹੀ ਇੱਕ ਆਪਦੇ ਫੇਸਬੁੱਕ ID 'ਤੇ ਪਾਈ ਆ ਜੀ, ਉਹ ਮੈਨੂੰ ਕਿਤੇ ਉੱਥੇ ਜ਼ਿਲ੍ਹਾ ਪ੍ਰਧਾਨ ਦਾ ਲੱਭ ਗਿਆ ਜੀ। ਸਾਡੇ ਸ਼੍ਰੀ ਰਾਹੁਲ ਗਾਂਧੀ ਜੀ ਦੀ ਸੀਗੀ ਰੈਲੀ ਅਤੇ ਉਹਦੇ ਵਿੱਚ ਵੀ ਮੈਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੋਆਰਡੀਨੇਟਰ ਦੇ ਤੌਰ 'ਤੇ ਕਾਰਡ ਮਿਲਿਆ ਸੀ ਸ਼ਮੂਲੀਅਤ ਕਰਨ ਦਾ ਉੱਥੇ ਜੀ। ਚਲੋ ਪ੍ਰਧਾਨ ਜੀ ਮੈਂ ਪਾਰਟੀ ਦੀਆਂ ਸਲਾਹਾਂ ਨਮਾਉਂਦਾ ਗੁਜਰਾਤ ਜਿੱਥੇ ਬਹੁਤ ਡਰ ਸੀ, ਜਿੱਥੇ ਕਾਂਗਰਸ
ਡਰਦੀ ਸੀ ਜਿੱਥੇ ਬੜਾ ਕੁਛ ਹੋਇਆ ਜੀ ਉੱਥੇ ਵੀ ਕਮਰਿਆਂ ਤੱਕ ਨੂੰ ਅੱਗ ਲੱਗੀ ਗਰਮੇਲ ਬੇਰ ਕਲਾਂ ਨਾਲ ਸੀ ਦੀਪ ਖੰਡੂਰ ਹੋਣੀ ਵੀ ਉੱਥੇ ਡਿਊਟੀਆਂ ਲੱਗੀਆਂ ਸੀ ਉਸ ਤੋਂ ਬਾਅਦ ਪ੍ਰਧਾਨ ਜੀ 7-8 ਸਟੇਟਾਂ ਲਾਤੀਆਂ ਜੀ ਆਲ ਇੰਡੀਆ ਕਾਂਗਰਸ ਕਮੇਟੀ ਦਾ ਕੋਆਰਡੀਨੇਟਰ ਬਣ ਕੇ ਵੀ 3-4 ਸਟੇਟਾਂ ਲਾਤੀਆਂ ਜੀ ਯੂਪੀ 'ਚ ਵੀ MP ਇਲੈਕਸ਼ਨਾਂ ਮੌਕੇ ਮੱਧ ਪ੍ਰਦੇਸ਼ ਵੀ MP ਇਲੈਕਸ਼ਨਾਂ ਮੌਕੇ ਮੈਨੂੰ ਆਲ ਇੰਡੀਆ ਕਾਂਗਰਸ ਕਮੇਟੀ ਨੇ ਕੋਆਰਡੀਨੇਟਰ ਲਾ ਕੇ ਭੇਜਿਆ ਸੀ ਉੱਥੇ ਜਿਹੜੀ ਮਾੜੀ ਮੋਟੀ ਧੜੇਬੰਦੀ ਉਹਨਾਂ ਨੂੰ ਟਿਕਾਉਣਾ ਅਤੇ ਕੁਛ ਹਲਕੇ ਸਾਨੂੰ ਸਾਂਭੇ ਗਏ ਸੀ ਵੀ ਉੱਥੋਂ ਕਾਂਗਰਸ ਨੂੰ ਵੋਟ ਪਾਉਣੀ ਅਤੇ ਜਿੱਥੇ ਜਿੱਥੇ ਮੇਰੀ ਡਿਊਟੀ ਲੱਗੀ ਸੀ ਉਹ ਸਾਰੇ ਹਲਕਿਆਂ 'ਚੋਂ ਕਾਂਗਰਸ ਜਿੱਤੀ ਜੀ ਮੈਂ ਆਪਦੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਪਰ ਜਦੋਂ ਮੁੜ ਕੇ ਪੰਜਾਬ ਆ ਗਏ ਜੀ ਗਰੀਬ ਪਰਿਵਾਰ ਦੇ ਵਿੱਚੋਂ ਸੀਗਾ ਪ੍ਰਧਾਨ ਜੀ ਮੈਂ ਜਦੋਂ ਪੰਜਾਬ ਆਉਣ ਤੋਂ ਆ ਕੇ ਵੀ ਮੈਂ ਆਪਦੇ ਪਰਿਵਾਰ ਨੂੰ ਆਟਾ ਦਾਲ ਨਹੀਂ ਲਵਾ ਸਕਿਆ ਜੀ ਕਿਉਂਕਿ ਸਾਡੇ ਤਾਂ ਪਹਿਲਾਂ ਦਾਖ ਹਲਕੇ ਦੇ ਵਿੱਚ ਦੂਜੇ ਨੰਬਰ 'ਤੇ ਸੀਗਾ ਜੀ ਦਾਖਾ ਹਲਕਾ ਜਿੱਥੇ ਨਜਾਇਜ਼ ਪਰਚੇ ਹੋਏ ਸੀ ਅਤੇ ਉਹਨਾਂ 'ਚੋਂ ਮੇਰੇ 'ਤੇ ਇੰਨੇ ਨਜਾਇਜ਼ ਪਰਚੇ ਹੋਏ ਜੀ ਮੇਰਾ ਲੱਕ ਤੋੜ ਕੇ ਰੱਖਤਾ ਪਰ ਮੈਂ ਪਾਰਟੀ ਦੀ ਬਾਂਹ ਨਹੀਂ ਛੱਡੀ ਜੀ ਜਦੋਂ ਮੇਰਾ ਲੱਕ ਟੁੱਟ ਗਿਆ ਪਾਰਟੀ ਨੇ ਕੁਛ ਵੀ ਨਹੀਂ ਕੀਤਾ ਮੇਰੇ ਪਰਚੇ ਦਾ ਕਿਸੇ ਦਾ ਵੀ ਇੱਕ ਦਾ ਵੀ ਚਲੋ ਫਿਰ ਵੀ ਪਾਰਟੀ ਦੀ ਬਾਂਹ ਨਹੀਂ ਛੱਡੀ ਜੀ ਮਰਦੇ ਦਮ ਤੱਕ ਮੈਂ ਅੱਜ ਤੱਕ ਪਾਰਟੀ ਦੇ ਨਾਲ ਹਾਂ ਜੀ ਅਤੇ ਚਲੋ ਮੈਂ ਲੜਦਾ ਰਿਹਾ ਜੀ ਪਰ ਆਪਦੇ ਪਰਿਵਾਰ ਨੂੰ ਇਹ ਦੇਖੋ ਜੀ ਮੈਂ ਗਰੀਬ ਪਰਿਵਾਰ ਦੇ ਵਿੱਚੋਂ ਸੀ ਆਟਾ ਦਾਲ ਲਵਾ ਨਹੀਂ ਸਕਿਆ ਜੀ 4.5 ਸਾਲ ਨਿਕਲ ਗਏ ਅਤੇ ਅੱਜ ਵੀ ਜਾਂਗਪੁਰ ਦੇ ਵਿੱਚ ਜਿਹੜੇ ਸਾਡੇ ਨਾਲ ਗਰੀਬ ਪਰਿਵਾਰ ਜੁੜੇ ਸੀ ਕਿਸੇ ਦੀ ਆਟਾ ਦਾਲ ਵੀ ਲੱਗੀ ਨਹੀਂ ਜੀ ਜਿਹੜੇ ਹੱਕਦਾਰ ਸੀ ਅਤੇ ਪਰ ਆਟਾ ਦਾਲ ਕਿਹਨਾਂ ਦੀਆਂ ਚੰਗੀਆਂ ਕਾਰਾਂ ਕੋਠੀਆਂ ਵਾਲਿਆਂ ਦੀਆਂ ਅਕਾਲੀਆਂ ਦੀਆਂ ਅਜੇ ਵੀ ਲੱਗੀਆਂ ਨਹੀਂ ਅਸੀਂ ਬੰਦ ਨਹੀਂ ਕਰਾ ਸਕੇ ਬਹੁਤ ਨਮੋਸ਼ੀ ਆਈ ਜੀ ਇਹ ਗੱਲਾਂ ਦੀ ਪਰ ਪ੍ਰਧਾਨ ਜੀ ਸਾਂਭੋ ਜੀ ਮੇਰੇ ਵਰਗੇ ਵਰਕਰ ਬਹੁਤ ਨੇ ਸਾਂਭੋ ਇਹਨਾਂ ਨੂੰ ਜਿਹਨਾਂ ਨੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਭਰ ਰਾਤ ਕੰਮ ਕੀਤਾ ਕੈਪਟਨ ਸੰਦੀਪ ਸੰਧੂ ਜੀ ਦੀ ਲੱਗ ਗਈ ਜੀ ਇੱਥੇ ਆ ਗਏ ਮੇਰੇ ਹਲਕਾ ਬਣ ਗਏ ਜੀ ਟਿਕਟ ਮਿਲ ਗਈ ਜਿਮਨੀ ਚੋਣ ਆ ਗਈ ਜੀ ਦੇਖੋ ਕਾਂਗਰਸ ਦੀ ਹੋਵੇ ਸਰਕਾਰ ਅਤੇ ਪਰਚਾ 307 ਦਾ ਤਾਂ ਵੀ ਮੇਰੇ 'ਤੇ ਹੁੰਦਾ ਹੋਵੇ ਜੀ ਜਿਹਦੇ ਵਿੱਚ ਬਿਲਕੁਲ ਵੀ ਮੈਂ ਸ਼ਾਮਿਲ ਨਹੀਂ ਸੀ ਜਦਕਿ ਉਸ ਟਾਈਮ ਵੀ ਮੈਂ ਅੰਦਰ ਸੀ ਅਤੇ ਮੈਨੂੰ ਹਜੇ ਤੱਕ ਚੱਜ ਨਾਲ ਕਲੀਨ ਚਿੱਟ ਨਹੀਂ ਮਿਲੀ ਉਹ ਫਿਰ ਕਿਉਟਾਂ 'ਚ ਤੁਰੇ ਫਿਰਦੇ ਆ ਜੀ ਪ੍ਰਧਾਨ ਜੀ ਇੰਨੇ ਪਰਚੇ ਝੱਲੇ ਜੀ ਨਜਾਇਜ਼ ਲੱਕ ਟੁੱਟ ਗਿਆ ਜੇ ਮੈਂ ਆਹੀ 30 ਸਾਲ ਕਿਤੇ ਜੇ ਦਿਹਾੜੀਆਂ ਵੀ ਕਰਦਾ ਹੁੰਦਾ ਤਾਂ ਆਪਦੇ ਟੱਬਰ ਨੂੰ ਕਿਤੇ ਲੈ ਜਾਂਦਾ ਜੀ ਪਰ ਮੈਂ 30 ਸਾਲ ਕਾਂਗਰਸ ਦੀ ਗਲਤੀ ਅਤੇ ਕਾਂਗਰਸ ਨੇ ਕੀ ਕੀਤਾ ਮੇਰਾ ਆਟਾ ਦਾਲ ਵੀ ਨਹੀਂ ਲਵਾ ਸਕੀ ਅੱਜ ਵੀ ਕੋਈ ਮੈਂ ਜਗ੍ਹਾ ਖਰੀਦੀ ਹੈ ਜੀ ਪ੍ਰਧਾਨ ਜੀ ਉਹ ਜਗ੍ਹਾ ਦੀ ਕਾਗਜ਼ਾਂ ਵਾਲੀ ਆ ਜਗ੍ਹਾ ਜੀ ਮੈਂ ਉਹ ਸਾਰਾ ਕੁਝ ਖਰੀਦਾ ਜੀ ਉਹਦੇ ਵਿੱਚ ਕੱਟੜ ਅਕਾਲੀ ਬੰਦੇ ਅੱਜ ਵੀ ਹੋੜਕਾ ਲਾ ਰਹੇ ਆ ਤਾਂ ਦੇਖੋ ਨਾ SSP ਨਾ DSP ਨਾ ਦਾਖੇ ਥਾਣੇ ਦਾ ਇੰਚਾਰਜ ਕੋਈ ਵੀ ਕਿਸੇ ਕਾਂਗਰਸ ਦੀ ਸੁਣਵਾਈ ਨਹੀਂ ਹੋ ਰਹੀ ਜੀ ਐਡਾ ਕਾਂਗਰਸੀਆਂ ਦਾ ਲੱਕ ਟੁੱਟਿਆ ਪਿਆ ਅਤੇ ਅਕਾਲੀ ਦਲ ਵਾਲੇ ਲੱਤ 'ਤੇ ਲੱਤ ਧਰ ਕੇ ਬਹਿੰਦੇ ਆ ਜੀ ਮੇਰੇ ਉਲਟਾ ਖਬਰਾਂ ਲਵਾ ਦਿੱਤੀਆਂ ਗਿਆ ਜੀ ਕਰਨਲ ਦੀ ਧੀ ਆ ਜੀ ਕਰਨਲ ਧੀ ਆ ਜੀ ਉਹਦੀ ਕੈਪਟਨ ਆ ਜੀ ਫਲਾਨਾ ਜੀ ਉਹ ਮੈਂ ਤਾਂ ਕਿਸੇ ਨਾਲ ਕੋਈ ਮਾੜੀ ਨਹੀਂ ਕੀਤੀ ਜੀ ਮੈਂ ਤਾਂ ਖਰੀਦੀ ਹੈ ਵੇਚਣ ਵਾਲੇ ਜਿਉਂਦੇ ਬੈਠੇ ਹੈ ਜਿਨ੍ਹਾਂ ਦੇ ਨਾਂ 'ਤੇ ਆ ਜੀ ਅਤੇ ਉਹ ਕਹੀ ਜਾਂਦੇ ਸਾਡੀ ਰੋਕ ਲਈ ਜੀ ਪਰਚਾ ਮੇਰੇ 'ਤੇ ਫਿਰ ਕਰਨ ਨੂੰ ਤਿਆਰ ਆ ਜੀ ਪ੍ਰਧਾਨ ਜੀ ਕੀ ਕਰੀਏ ਜੀ ਫਿਰ ਇਹ ਮਜ਼ਬੂਰੀਆਂ ਨੇ ਇਸ ਤੋਂ ਬਾਅਦ ਤਾਂ ਜ਼ਿੰਦਗੀ ਦਾ ਅੰਤ ਜੀ ਮੈਂ ਪਾਰਟੀ ਤਾਂ ਛੱਡ ਨਹੀਂ ਸਕਦਾ ਇਸ ਕਰਕੇ ਮੈਂ ਜ਼ਿੰਦਗੀ ਛੱਡ ਰਿਹਾ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਜੇ ਲੱਗਿਆ ਕੋਈ ਨਵਾਣਾ ਕਾਂਗਰਸੀ ਹੈਗਾ ਤਾਂ ਮੇਰੇ ਪਰਿਵਾਰ ਨੂੰ ਸਾਂਭ ਲਿਓ ਜੀ ਮੇਰੇ ਪਰਿਵਾਰ ਨੂੰ ਪ੍ਰਧਾਨ ਜੀ ਜਿਹੜੇ ਮੈਂ ਪਰਿਵਾਰ ਦੀ ਖਾਤਰ ਕੁਛ ਨਹੀਂ ਕਰ ਸਕਿਆ ਨਾ ਮਾੜੀ ਮੋਟੀ ਤੁਸੀਂ ਕਿਸੇ ਪਾਰਟੀ ਕਾਂਗਰਸ ਪਾਰਟੀ ਲਿਓ ਉਹਨਾਂ ਦਾ ਕੁਛ ਕਰਾ ਦਿਓ ਜੀ ਮੈਂ 30 ਸਾਲ ਗਾਲੇ ਆ ਜੀ ਕਾਂਗਰਸ 'ਚ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਬਹੁਤ ਖੁਸ਼ੀ ਹੈ ਜੀ ਤੁਸੀਂ ਪ੍ਰਧਾਨ ਬਣੇ ਹੋ ਸ਼ਾਇਦ ਕੋਈ ਸੁਣਵਾਈ ਹੋਣ ਲੱਗ ਜਾਵੇ ਪਰ ਮੈਂ ਛੇਤੀ ਕਿਸੇ ਕਾਂਗਰਸੀ ਦਾ ਘਰ ਬਰਬਾਦ ਨਹੀਂ ਪਰ ਹੁਣ ਦਿੱਤਾ ਜੀ ਮੈਂ ਲੜਦਾ ਰਿਹਾ ਜੀ ਜਿੰਨੇ ਜੋਗਾ ਸੀ ਇਸ ਹਲਕੇ ਦਾਖੇ 'ਚੋਂ ਤੁਸੀਂ ਕਿਤੇ ਵੀ ਆ ਕੇ ਪਤਾ ਕਰ ਸਕਦੇ ਹੋ ਵੀ ਹੈਪੀ ਬਾਜਵਾ ਕੌਣ ਆ ਅਤੇ ਕਿੰਨੀ ਕੁ ਨੇ ਲੜਾਈ ਲੜੀ ਆ ਕਾਂਗਰਸ ਦੀ ਅਤੇ ਪ੍ਰਧਾਨ ਜੀ ਇੰਨੀਆਂ ਲੜਾਈਆਂ ਲੜਨ ਦੇ ਬਾਵਜੂਦ ਵੀ ਅੱਜ ਮੈਂ ਫਿਰ ਰੁਲਿਆ ਫਿਰ ਮੌਤ ਨੂੰ ਗਲੇ ਲਾਉਣਾ ਹੀ ਚੰਗਾ ਸਮਝ ਰਿਹਾ ਜੀ ਪਾਰਟੀ ਲਈ ਇੰਨੇ ਸਾਲ ਕੰਮ ਕਰਕੇ ਕਿਸੇ ਨੇ ਨਹੀਂ ਸਾਂਭਿਆ ਸਾਨੂੰ ਅਤੇ ਕਿਰਪਾ ਕਰੋ ਪ੍ਰਧਾਨ ਜੀ ਹੁਣ ਮੇਰਾ ਪਰਿਵਾਰ ਨਾ ਰੁਲੇ ਮੇਰੇ ਜਿਹੜੇ ਭਰਾ ਵਾ ਭਰਾ ਦੇ ਬੱਚਿਆਂ ਜੀ ਮੈਂ ਤਾਂ ਆਪਦਾ ਵਿਆਹ ਤੱਕ ਨਹੀਂ ਕਰਾਇਆ ਜੀ ਪਾਰਟੀ ਦੀ ਖਾਤਰ ਨਹੀਂ ਕਰਾਇਆ ਜੀ ਕਿਉਂਕਿ 30 ਸਾਲ ਮੈਂ ਪਾਰਟੀ ਦੀ ਲੇਖੇ ਲਾਤੇ ਮੈਂ 6-6 ਮਹੀਨੇ ਘਰੇ ਨਹੀਂ ਵੜਿਆ ਜੀ ਕਦੇ 5 ਮਹੀਨੇ ਮੱਧ ਪ੍ਰਦੇਸ਼ ਕਦੇ 5 ਮਹੀਨੇ ਮਹਾਰਾਸ਼ਟਰ ਕਦੇ ਮਹੀਨਾ ਕਿਤੇ ਕਦੇ 2 ਮਹੀਨੇ ਕਿਤੇ ਮੈਂ ਪਾਰਟੀ ਲਈ ਤੁਰਿਆ ਫਿਰਦਾ ਜੀ ਮੈਂ ਵਿਆਹ ਵੀ ਨਹੀਂ ਕਰਵਾਇਆ ਪਾਰਟੀ ਦੇ ਲੇਖੇ ਲਾਤੀ ਸੀ ਸਾਰੀ ਜ਼ਿੰਦਗੀ ਪਰ ਪਾਰਟੀ ਨੇ ਅੱਜ ਮੈਨੂੰ ਹਰਾਤਾ ਪ੍ਰਧਾਨ ਜੀ ਅੱਜ ਪਾਰਟੀ ਨੇ ਹਰਾਤਾ ਅੱਜ ਐਡੀ ਨਮੋਸ਼ੀ ਆ ਮੈਨੂੰ ਇੰਨਾ ਕੀ ਕਿਹਾ ਹਾਂ ਜੀ ਪ੍ਰਧਾਨ ਜੀ ਚਲੋ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਮੇਰਾ ਪਰਿਵਾਰ ਸਾਂਭ ਲਿਓ ਮੇਰੀ ਮੌਤ ਦੇ ਜ਼ਿੰਮੇਵਾਰ ਮੇਰੇ ਪਿੰਡ ਦੇ ਕੁਛ ਅਕਾਲੀ ਆ ਜੀ ਜਿਨ੍ਹਾਂ ਦੇ ਵਿੱਚ ਮੈਂ ਤੁਹਾਨੂੰ ਨਾਂ ਹੀ ਲੈ ਦਿੰਦਾ ਜੀ ਪ੍ਰੀਤਮ ਸਿੰਘ
ਪੁੱਤਰ ਹਰਚੰਦ ਸਿੰਘ, ਬਲਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਜਿਹੜਾ ਇਹਦਾ ਸਾਕਾ ਭਤੀਜਾ ਹੈ, ਅਤੇ ਇੱਕ ਅਕਾਲੀ ਦਲ ਦਾ ਬਹੁਤ ਇਹ ਅਕਾਲੀ ਨੇ ਜੀ, ਕੱਟੜ ਅਕਾਲੀ ਆ ਜਿਹਨਾਂ ਨੇ ਕਾਂਗਰਸ ਨੂੰ ਕਦੇ ਵੋਟ ਨਹੀਂ ਪਾਈ, ਪਰ ਮੈਨੂੰ ਮਾਰ ਲਈ ਮਜਬੂਰ ਇਹ ਬੰਦੇ ਫਿਰ ਵੀ ਕਰ ਰਹੇ ਨੇ ਜੀ। ਮਹਿੰਦਰ ਸਿੰਘ ਪੁੱਤਰ ਲਛਮਣ ਸਿੰਘ ਮੌਜੂਦਾ ਪੰਚ ਆ ਜੀ, ਸਭ ਤੋਂ ਝੂਠਾ ਬੰਦਾ ਪਿੰਡ ਦੇ ਵਿੱਚ, ਕੱਟੜ ਅਕਾਲੀ ਬੰਦਾ, ਦੇਖੋ ਕਿਤੇ ਨਹੀਂ ਉਹ ਬੰਦੇ ਨੂੰ ਜਮਾਂ ਹੀ ਸ਼ਰਮ ਉਸ ਬੰਦੇ ਨੂੰ ਵੀ ਮੈਂ ਝੂਠੀ ਗਵਾਹੀ ਦਿੰਦਾ ਕਿ ਸੱਚੀ ਹੈ, ਅਤੇ ਮੇਰੇ ਉਲਟ 13-14 ਬੰਦੇ ਗਵਾਹੀ ਦੇ ਕੇ ਆਏ ਜੀ। ਪ੍ਰਧਾਨ ਜੀ ਕਿਤੇ ਉਹਨਾਂ ਨੂੰ ਸਜ਼ਾ ਦਵਾ ਦਿਉ ਨਾ, ਮੇਰੀ ਆਤਮਾ ਨੂੰ ਸ਼ਾਂਤੀ ਆ ਜੂ। ਸਾਰੀਆਂ ਝੂਠੀਆਂ ਦੇ ਕੇ ਆਇਆ ਜੀ, ਮੈਂ ਤਾਂ ਖਰੀਦੀ ਹੈ, ਮੈਂ ਤਾਂ ਪੈਸੇ ਲਾਏ ਆ ਪ੍ਰਧਾਨ ਜੀ, ਬੜੇ ਔਖੇ ਇਕੱਠੇ ਕਰ ਹੁੰਦੇ ਆ, ਤੁਹਾਨੂੰ ਪਤਾ ਪੈਸੇ ਮੇਰੇ ਵਰਗੇ ਬੰਦੇ ਤੋਂ। ਜਿਹੜਾ ਆਟਾ ਦਲ ਸਕੀਮ ਦਾ ਲਾਭਪਾਤੀ ਹੋਵੇ ਨਾ, ਉਹਨੂੰ 5-10 ਲੱਖ ਰੁਪਇਆ ਵੀ ਬਹੁਤ ਔਖਾ ਹੁੰਦਾ ਇਕੱਠਾ ਜੀ। ਮੇਰੇ ਭਰਾ ਡਰਾਈਵਰੀ ਕਰਦਾ ਸੀ ਵਿਚਾਰਾ, ਹਜੇ ਵੀ ਡਰਾਈਵਰੀ ਕਰਦਾ ਜੀ, ਉਹਦਾ ਬੱਚੇ ਮੈਂ ਗੋਦ ਲਏ ਵਾਂਗੂ ਹੀ ਸੀਗੇ ਜੀ, ਬੱਚੇ ਮੈਂ ਹੀ ਪਾਲਦਾ ਸੀ, ਭਰਾ ਨਾਲ ਹੀ ਸੀਗਾ ਸਾਰਾ ਕੁਛ, ਅਤੇ ਮੇਰੇ ਭਰਾ ਦੇ ਜਿਹੜਾ ਵੱਡਾ ਬੱਚਾ ਜੀ, ਉਹ ਮੇਰਾ ਗੋਦ ਲਏ ਵਾਂਗੂ ਹੀ ਆ ਜੀ, ਉਹਨੂੰ ਮੈਂ ਹੀ ਪਾਲਿਆ ਪ੍ਰਧਾਨ ਜੀ, ਜੇ ਕੁਛ ਉਹਦਾ ਕਰ ਸਕਦੇ ਹੋਏ ਬੱਚੇ ਦਾ ਤਾਂ ਕਰਿਓ ਪ੍ਰਧਾਨ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਜਨਮ ਦੇ ਵਿੱਚ ਵੀ ਪਰਮਾਤਮਾ ਇਹਨੂੰ ਕਾਂਗਰਸ ਹੀ ਬਣਾਵੇ, ਮੈਂ ਕਾਂਗਰਸ 'ਚ ਹੀ ਰਹਿ ਕੇ, ਕਾਂਗਰਸ 'ਚ ਹੀ ਰਹਿ ਕੇ ਚੱਲਿਆ, ਛੱਡੀ ਨਹੀਂ ਮੈਂ, ਅਤੇ ਮੈਂ ਅੱਗੇ ਵੀ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਮੈਨੂੰ ਕਾਂਗਰਸ ਹੀ ਬਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਵਾਹਿਗੁਰੂ।